ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆਸੋ, ਪੀਬੀਐਨ ਦੇ ਇੰਟਰਟੇਨਮੈਂਟ ਦੇ ਘੈਂਟ ਸ਼ੋਅ ਦੇ ਵਿਦੇਸ਼ ਤੇ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਦੋਸਤੋ, ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਔਰ ਦੇਖਦੇ ਹਾਂ ਹਾਈਲਾਈਟਸ। ਦੋਸਤੋ, ਜਿੱਥੇ ਚਿਲਡਰਨ ਡੇ ਪੂਰੇ ਦੇਸ਼ ਦੇ ਵਿੱਚ ਸੈਲੀਬ੍ਰੇਟ ਕੀਤਾ ਜਾ ਰਿਹਾ ਸੀ, ਉੱਥੇ ਸਮਾਰਟ ਸਿਟੀ ਲੁਧਿਆਣਾ ਦੇ ਵਿੱਚ ਵੀ ਚਿਲਡਰਨ ਡੇ ਬਹੁਤ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਗਿਆ ਆਰਟ ਬਾਰ ਦੇ ਵਿੱਚ। ਗੱਲ ਹੋਵੇ ਚਿਲਡਰਨ ਡੇ ਦੀ ਔਰ ਬੱਚੇ ਕੁਝ ਐਕਟੀਵਿਟੀਜ਼ ਨਾ ਕਰਨ, ਕਿਸ ਤਰ੍ਹਾਂ ਹੋ ਸਕਦਾ ਹੈ? ਬੱਚਿਆਂ ਨੇ ਬਲੂਨ ਆਰਟਸ ਕੀਤੇ, ਪੇਂਟਿੰਗ ਕੀਤੀ, ਇੱਥੇ ਤੱਕ ਕਿ ਮਿਊਜ਼ੀਕਲ ਡਾਂਸ ਵੀ ਕੀਤਾ। ਹੋਰ ਕੀ ਐਕਟੀਵਿਟੀਜ਼ ਕੀਤੀਆਂ, ਆਓ ਦੇਖਦੇ ਹਾਂ ਇੱਕ ਰਿਪੋਰਟ। ਬੱਚਿਆਂ ਨੇ ਕਿੰਨੀ ਵਧੀਆ ਐਕਟੀਵਿਟੀਜ਼ ਕੀਤੀ, ਛੋਟੇ ਛੋਟੇ ਬੱਚੇ ਔਰ ਇੰਨੀ ਵਧੀਆ ਐਕਟੀਵਿਟੀਜ਼, ਮਜ਼ਾ ਹੀ ਆ ਗਿਆ। ਸੋ ਦੋਸਤੋ, ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਇਹ ਸਾਰੀ ਐਕਟੀਵਿਟੀਜ਼ ਦੇ ਪਿੱਛੇ ਜਿਹੜੀ ਸੀਗੀ ਮਿਹਨਤ, ਉਹ ਸੀਗੀ ਦੀਕਸ਼ਾ ਕਾਲਰਾ ਜੀ ਦੀ। ਦੀਕਸ਼ਾ ਕਾਲਰਾ ਜੀ ਯਾਨੀ ਕਿ ਆਰਟ ਬਾਰ ਦੇ ਓਨਰ, ਅਸੀਂ ਉਹਨਾਂ ਨੇ ਕੀਤੀ ਖਾਸ ਗੱਲਬਾਤ, ਆਓ ਦੇਖਦੇ ਹਾਂ ਇੱਕ ਰਿਪੋਰਟ। ਸੋ ਦੋਸਤੋ, ਜਿੱਥੇ ਪੂਰੇ ਦੇਸ਼ ਦੇ ਵਿੱਚ ਚਿਲਡਰਨ ਡੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ, ਉੱਥੇ ਸਮਾਰਟ ਸਿਟੀ ਜਿਹੜੇ ਲੋਕ ਨੇ ਉਹ ਵੀ ਪਿੱਛੇ ਨਹੀਂ ਨੇ। ਸੋ ਇਸ ਵੇਲੇ ਹੈਗੇ ਅਸੀਂ ਆਰਟ ਬਾਰ ਦੇ ਵਿੱਚ, ਜਿੱਥੇ ਚਿਲਡਰਨ ਡੇ ਸੈਲੀਬ੍ਰੇਟ ਕੀਤਾ ਜਾ ਰਿਹਾ। ਕਿਸ ਤਰ੍ਹਾਂ ਕੀਤਾ ਜਾ ਰਿਹਾ, ਆਓ ਜਾਣਦੇ ਹਾਂ ਦੀਕਸ਼ਾ ਕਾਲਰਾ ਜੀ ਤੋਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਸਰ, ਕਿਵੇਂ ਆਪ? ਬਸ ਬਹੁਤ ਵਧੀਆ ਜੀ। ਕਿੱਦਾਂ ਤੁਸੀਂ ਚਿਲਡਰਨ ਡੇ ਸੈਲੀਬ੍ਰੇਟ ਕਰ ਰਹੇ ਹੋ ਸਰ? ਅੱਜ ਹਮਨੇ ਯਹਾਂ ਪੇ ਬਹੁਤ ਸਾਰੇ ਬੱਚੋਂ ਕੋ ਬੁਲਾਇਆ, ਇਨਵਾਈਟ ਕੀਆ, ਔਰ ਹਮ ਲੋਗ ਬੇਸਿਕਲੀ ਆਰਟ ਬਾਰ ਕੇ ਥਰੂ, ਹਮਾਰਾ ਜੋ ਈਵਨਿੰਗ ਔਰ ਆਰਟ ਕਲੱਬ ਹੈ, ਉਸਕੇ ਥਰੂ ਹਮ ਯੇ ਬਤਾਨਾ ਚਾਹ ਰਹੇ ਥੇ ਬੱਚੋਂ ਕੋ ਕਿ ਜਿਤਨਾ ਵੀ ਆਪ ਮੇ ਕ੍ਰੀਏਟਿਵਿਟੀ ਹੈ ਉਸੇ ਆਪ ਬਾਹਰ ਲਾਏ। ਤੋ ਉਸਸੇ ਰਿਲੇਟਿਡ ਹਮਨੇ ਆਜ ਐਕਟੀਵਿਟੀਜ਼ ਕਰਾਈ, ਜਿਸਕੇ ਅੰਦਰ ਹਮਨੇ ਬਲੂਨ ਆਰਟ, ਬਲੂਨ ਪੇਂਟਿੰਗ, ਹੈਂਡ ਪ੍ਰਿੰਟਿੰਗ ਪੇਂਟਿੰਗ ਐਂਡ ਡਾਂਸਿੰਗ, ਲੋਟ ਆਫ ਗੇਮਸ ਲਾਈਕ ਮਿਊਜ਼ੀਕਲ ਚੇਅਰ ਐਂਡ ਆਲ, ਉਹ ਕਾਫੀ ਕੁਛ ਕੀਆ ਹਮਨੇ ਯਹਾਂ ਪੇ, ਔਰ ਬੱਚੇ ਬਹੁਤ ਖੁਸ਼ ਹੋ ਕੇ ਗਏ। ਔਰ ਉਸਕੇ ਇਲਾਵਾ ਬੱਚੋਂ ਨੇ ਸਡਨ ਅਪ ਕਿਹਾ ਕਿ ਹਮ ਆਪਣੀ ਆਪਣੀ ਸ਼ੀਟਸ ਖੁਦ ਬਣਾਏਂਗੇ। ਸੋ ਉਹ ਇੱਕ ਮੌਕਾ ਥਾ ਜਿਸਮੇ ਬੱਚੇ ਆਪਣੀ ਕ੍ਰੀਏਟਿਵਿਟੀ ਖੁਦ ਦਿਖਾਉਣਾ ਚਾਹਤੇ ਥੇ, ਦੈਟ ਵਾਜ਼ ਅ ਬੈਸਟ ਪਾਰਟ। ਆਰਟ ਇਜ਼ ਨੋਟ ਓਨਲੀ ਯੂ ਕੈਨ ਸੇ ਡਰਾਇੰਗ ਐਂਡ ਪੇਂਟਿੰਗ, ਆਰਟ ਇਜ਼ ਓਵਰਆਲ ਕ੍ਰੀਏਟਿਵਿਟੀ ਹਮ ਜਿਸੇ ਕਹਤੇ। ਤੋ ਇਸਮੇ ਕਿਆ ਹੈ, ਇਨਵੋਲਵਮੈਂਟ ਹੈ ਹਰ ਤਰ੍ਹਾਂ ਕੀ ਕ੍ਰੀਏਟਿਵਿਟੀ ਕੀ, ਚਾਹੇ ਵੋ ਆਰਟ ਹੋ, ਕ੍ਰਾਫਟ ਹੋ, ਚਾਹੇ ਵੋ ਫੋਟੋਗ੍ਰਾਫੀ ਹੋ, ਬੱਚੇ ਕੀ ਕ੍ਰੀਏਟਿਵਿਟੀ ਕੋ ਬਾਹਰ ਲਾਣਾ। ਤੋ ਇਸਕੋ ਹਮਨੇ ਕਿਊਮੂਲੇਟ ਕੀਆ ਹੈ ਆਰਟ ਕ੍ਰਾਫਟ ਕੇ ਸਾਥ ਵੀ। ਦੋਸਤੋ, ਜਿੱਥੇ ਚਿਲਡਰਨ ਡੇ ਹੋਣ ਹੁੰਦੇ, ਇੱਥੇ ਪੇਰੈਂਟਸ ਵੀ ਜ਼ਰੂਰ ਹੁੰਦੇ ਨੇ, ਅਤੇ ਸਾਡੇ ਨਾਲ ਕੁਝ ਪੇਰੈਂਟਸ ਵੀ ਹੈਗੇ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਮੈਮ, ਅੱਜ ਬੱਚੇ ਜਿਹੜੇ ਬੜੇ ਧੂਮਧਾਮ ਨਾਲ, ਬਹੁਤ ਜੋਸ਼ ਦੇ ਨਾਲ ਜਿਹੜਾ ਹੈਗਾ ਚਿਲਡਰਨ ਸੈਲੀਬ੍ਰੇਟ ਕਰ ਰਹੇ ਸੀ, ਤੁਸੀਂ ਕਿੱਦਾਂ ਉਹਨਾਂ ਨੂੰ ਸੈਲੀਬ੍ਰੇਟ ਕੀਤਾ ਚਿਲਡਰਨ ਡੇ? ਦੇਖੀਏ, ਯਹਾਂ ਪਰ ਬਹੁਤ ਸਾਰੀ ਐਕਟੀਵਿਟੀਜ਼ ਕਰਵਾਈ ਗਈ ਬੱਚੋਂ ਕੋ, ਐਂਡ ਸਭ ਬੜੀ ਬਾਤ ਇਹ ਕਿ ਬੱਚੋਂ ਕੇ ਸਾਥ ਬੱਚੇ ਬਣ ਕੇ ਬਹੁਤ ਜ਼ਿਆਦਾ ਮਜ਼ਾ ਆਇਆ। ਵਾਹ ਜੀ ਵਾਹ, ਬੱਚੋਂ ਕੇ ਸਾਥ ਬੱਚੇ ਬਣ ਕੇ ਬਹੁਤ ਜ਼ਿਆਦਾ ਮਜ਼ਾ ਆਇਆ, ਆਪਕੋ ਕੈਸੇ ਮਜ਼ਾ ਆਇਆ? ਜਨਰਲੀ ਹਮਾਰੇ ਬੱਚੇ ਚਿਲਡਰਨਸ ਡੇ ਪੇ ਸਕੂਲ ਮੇ ਜੋ ਸੈਲੀਬ੍ਰੇਟ ਕਰਤੇ ਹੈ, ਤੋ ਟੀਚਰਸ ਕੇ ਥਰੂ ਕੁਛ ਐਕਟੀਵਿਟੀਜ਼ ਹੋਤੀ ਹੈ, ਟੀਚਰਸ ਪਰਫਾਰਮ ਕਰਤੀ ਹੈ, ਬਟ ਜੋ ਬੈਸਟ ਪਾਰਟ ਮੁਝੇ ਯਹਾਂ ਪੇ ਲਗਾ ਕਿ ਬੱਚੋਂ ਕੋ ਵੋ ਐਕਸਪੀਰੀਅੰਸ ਦਿਆ ਕਿ ਬੱਚੇ ਆਪਣੀ ਕ੍ਰੀਏਟਿਵਿਟੀ ਕੋ ਆਗੇ ਲਾਏ, ਕਿਸੀ ਔਰ ਨੇ ਉਨਕੇ ਲਈ ਪਰਫਾਰਮ ਨਹੀਂ ਕੀਆ, ਬਟ ਵੋ ਖੁਦ ਆਪਣਾ ਇੰਜੋਏ ਕਰੇ ਥੇ ਹਰ ਚੀਜ਼ ਕੋ, ਇੱਕ ਲਰਨਿੰਗ ਐਕਸਪੀਰੀਅੰਸ ਥਾ, ਇੱਕ ਹੈਂਡਸ ਔਨ ਐਕਸਪੀਰੀਅੰਸ ਥਾ, ਜੋ ਕਿ ਇੱਕ ਬੈਸਟ ਪਾਰਟ ਔਰ ਇੱਕ ਬਹੁਤ ਯੂਨੀਕ ਪਾਰਟ ਥਾ ਅੱਜ ਕੇ ਦਿਨ ਕਾ। ਟੀਚਰ ਹੈ ਯਹਾਂ ਪੇ, ਤੋ ਬੱਚੋਂ ਕੋ ਸੰਭਾਲਣਾ ਕਿਤਨਾ ਮੁਸ਼ਕਿਲ ਕਾਮ ਹੈ? ਬਹੁਤ ਜ਼ਿਆਦਾ ਮੁਸ਼ਕਿਲ ਕਾਮ ਹੈ, ਮੈਂ ਬਹੁਤ ਮੁਸ਼ਕਿਲ ਸੇ ਇਸਕੋ ਡੈਕੋਰੇਟ ਕੀਆ, ਉਹਨਾਂ ਨੇ ਆ ਕੇ ਪੂਰਾ ਹਫੜਾ ਦਫੜੀ ਦਮ। ਸੋ ਆਪ ਸੁਣ ਰਹੇ ਹੈ, ਬੱਚੋਂ ਕੋ ਸੰਭਾਲਣਾ ਬਹੁਤ ਮੁਸ਼ਕਿਲ ਕਾਮ ਹੈ, ਲੇਕਿਨ ਇਹ ਬਾਤ ਹਮ ਪੇਰੈਂਟਸ ਸੇ ਵਾਪਸ ਜਾ ਕੇ ਪੁੱਛਤੇ ਹੈਂ, ਬੱਚੋਂ ਕੋ ਆਪ ਘਰ ਪੇ ਕੈਸੇ ਸੰਭਾਲਤੇ ਹੈਂ?
बच्चों के साथ घर पे ये मैं दीक्षा को ट्रांसफर करती हूँ। ये एक्चुअली आर्ट बार में मेरे साथ पार्टनर्स हैं, सो वी बोथ आर हैंडलिंग आर्ट बार टुगेदर, सो पेरेंट्स वहाँ पे। सो दैट्स व्हाई आई ट्रांसफर द आंसर टू दीक्षा। टीचर भी हूँ, पेरेंट भी हूँ। एग्जैक्टली एग्जैक्टली। तो हमारे पास अदर पेरेंट्स और भी हैं, उनसे ही पूछते हैं। मैम, आप बच्चों को घर पे कैसे संभालती हैं? बच्चे अपने एग्जैक्टली टीचर का ड्रामा नहीं आजकल चलता है, आजकल सिर्फ उनको क्रिएटिविटी चाहिए, एक स्पेस चाहिए अपनी। एंड थैंक गॉड दैट बीइंग अ पेरेंट आई एम एबल टू प्रोवाइड दैट स्पेस टू माय किड्स आल्सो। मेरी 2 साल की बेटी है और 10 साल का बेटा है, दोनों अपने अपने सेक्शंस में इंजॉय करते रहते हैं। तो दोस्तों, तुझे सुना दीक्षा कालरा जी ने की क्या, नाल ही नाल बच्चों के पेरेंट्स ने की क्या। सो दोस्तों, बच्चे संभालना इतना सौखा काम नहीं है। सो असी आस करते हैं तुहानू साडा अज दा प्रोग्राम बहुत वधिया लग्या होना। कैमरा परसन बी मनजीत दे नाल हरदीप दुआ नूं दिओ इजाजत, धन्नवाद।